चैनल इंडिया क्राइम न्यूज देख रहे सारे दर्शकों का मैं स्वागत करता हाँ। मैं हरिंकू राजा, मेरे नाल मीडिया इंचार्ज मैडम नरेंद्र कौर परेवाल। इस वेले एक वड्डी खबर जिला गुरदासपुर तो सामने आ रही है, जिथे विजिलेंस विभाग की टीम वालों स्पैशल कार्रवाई करते हुए ईओ गुरदासपुर अशोक कुमार, ईओ फतेहगढ़ चूड़िया भुपिंदर सिंह अते असटैनो बटाला तो मैडम स्वीटा को गिरफ्तार किया गया है। तुहानू दस दईए कि 2017 नगर पालिका बटाला के उप प्रधान हरिंदर सिंह कलसी ने एक शिकायत दर्ज करवाई सी कि नगर पालिका के प्रधान एक वड्डा कपलेबाजी कर रहे हैं, जिस की लगातार जांच हो रही थी। उस संबंधी अज वड्डी कार्रवाई की गई, जदों के शिकायतकर्ता हरिंदर सिंह कलसी ने दस्या कि उन्होंने नगर पालिका के प्रधान के खिलाफ कार्रवाई करने वास्ते क्या सी, ना कि किसी अधिकारियों के खिलाफ। इस संबंधी वो अगे विजिलेंस विभाग की टीम ना गलबात जरूर करेंगे। उधर साडा मौजूद सन जी नगर पालिका के सुपरिटेंडेंट, उन्होंने दसिया कि विजिलेंस विभाग की टीम अज पहुंची सी जिन्होंने मैडम अस्टैनो स्वीटा को गिरफ्तार किया। इस अलावा होर अधिकारी गिरफ्तार किए गए हैं। वेखते रहो चैनल इंडिया क्राइम न्यूज। ਕਿਉਂਕਿ ਸਾਨੂੰ ਨਹੀਂ ਨਾ ਸੀਤਾ ਰਾਣੀ, ਸਾਨੂੰ ਜਦੋਂ ਅਸੀਂ ਗਏ ਹਾਂ ਡਿਪਾਰਟਮੈਂਟ ਦੇ ਵਿੱਚ ਇਹ ਹੈ 11:30-11:30 ਵਜੇ ਤੇ DSP ਵਿਜੀਲੈਂਸ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਦੇ ਨਾਲ ਇੱਥੇ ਆਏ ਜੀ। ਠੀਕ ਹੈ ਜੀ, ਉਹਨਾਂ ਵੱਲੋਂ ਕੁਛ ਅਧਿਕਾਰੀਆਂ ਦੇ ਨਾਮ ਪਤੇ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਉਹਨਾਂ ਨੇ ਮੇਰੇ ਕੋਲ ਲਈ ਹੈ ਜੀ, ਜਿਨ੍ਹਾਂ ਦੇ ਵਿੱਚੋਂ ਚੀਫ ਸੈਂਟਰੀ ਇੰਸਪੈਕਟਰ ਖੁਸ਼ਬੀਰ ਸਿੰਘ ਅਤੇ ਸੀਨੀਅਰ ਸਟੈਨੋਗ੍ਰਾਫਰ ਮੈਡਮ ਸਵੀਟਾ ਰਾਣੀ ਜੀ, ਇਸ ਤੋਂ ਇਲਾਵਾ ਜਿਹੜੇ SFO ਨੇ ਬਲਵਿੰਦਰ ਸਿੰਘ ਜੀ ਜੋ ਰਿਟਾਇਰ ਹੋ ਚੁੱਕੇ, ਉਹਨਾਂ ਬਾਰੇ ਜਾਣਕਾਰੀ ਲਈ ਹੈ, ਮੰਗੀ ਜੀ ਉਹਨਾਂ ਨੇ। ਉਸ ਤੋਂ ਬਾਅਦ ਇਹਨਾਂ ਮੈਡਮ ਆਪਣਾ ਉਹਨਾਂ ਨੇ ਆਖਿਆ ਵੀ ਜਿਹੜੇ ਸਟੈਨੋਗ੍ਰਾਫਰ ਨੇ ਮੈਡਮ ਸੀਨੀਅਰ ਸਵੀਟਾ ਰਾਣੀ ਜੀ, ਉਹਨਾਂ ਨੂੰ ਬੁਲਾਉਣ ਵਾਸਤੇ ਆਖਿਆ। ਕੁਛ ਸਮੇਂ ਬਾਅਦ ਉਹ ਆ ਗਏ ਨੇ ਅਤੇ ਉਹਨਾਂ ਨੂੰ ਟੀਮ ਜਿਹੜੀ ਹੈ ਉਹਨਾਂ ਦੀ ਸਟੇਟਮੈਂਟ ਲੈਣ ਵਾਸਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ, ਜਦਕਿ ਦੂਸਰਿਆਂ ਅਧਿਕਾਰੀਆਂ ਤੱਕ ਜਿਹੜਾ ਫੋਨ ਸੀਗਾ ਉਹ ਬੰਦ ਆ ਰਿਹਾ ਸੀਗਾ। ਇਸ ਤੋਂ ਪਹਿਲਾਂ ਵੀ ਕੋਈ ਰੇਡ ਹੁੰਦੀਆਂ ਰਹੀਆਂ ਨੇ ਅਤੇ ਕੋਈ ਰਿਕਾਰਡ ਵਗੈਰਾ ਵੀ ਸਿਲੈਕਟ ਨੇ? ਹਾਂਜੀ, ਰਿਕਾਰਡ ਤਾਂ ਆਲਰੇਡੀ ਜਿਹੜਾ ਇਹਨਾਂ ਕੋਲ ਜਿਹੜਾ ਕੰਪਲੇਂਟ ਦੇ ਸੰਬੰਧ ਵਿੱਚ ਜਿਹੜੀ 2017 ਤੋਂ ਆ ਰਹੀ ਹੈ ਰਿਕਾਰਡ, ਇਹਨਾਂ ਕੋਲ ਆਲਰੇਡੀ ਸਰ ਹੈਗਾ ਜੀ, ਮੌਜੂਦ ਹੈਗਾ, ਉਹ ਖੜਿਆ ਹੈਗਾ ਜੀ ਰਿਕਾਰਡ। ਅੱਜ ਕੋਈ ਇੱਕ ਲੇਡੀ ਡਿਪਾਰਟਮੈਂਟ ਦੇ ਮੈਡਮ ਸ਼ੂਟਾ ਨੂੰ ਕੁਛ ਕਰ ਦਿੰਦੇ? ਹਾਂਜੀ ਹਾਂਜੀ, ਮੈਂ ਜੀ 2018 'ਚ ਮਈ ਜੂਨ 'ਚ ਨਰੇਸ਼ ਮਹਾਜਨ ਸਾਬਕਾ ਪ੍ਰਧਾਨ ਦੇ ਖਿਲਾਫ ਕੰਪਲੇਂਟ ਦਿੱਤੀ ਸੀ ਜੀ। ਠੀਕ ਹੈ ਜੀ, ਉਸ ਕੰਪਲੇਂਟ ਦੇ ਵਿੱਚ ਇਨਕੁਆਇਰੀ ਚੱਲਣ ਡਈ ਸੀ, ਉਹਦਾ ਅੱਜ ਮੈਂ ਕੁਦਰਤੀ ਆਫਿਸ ਆਇਆ ਵਾਂ ਅਤੇ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਅਤੇ ਇੱਥੋਂ ਲੋਕਲ ਮੈਡਮ ਸਵੀਟਾ ਜੀ ਅਤੇ ਭੁਪਿੰਦਰ ਈਓ ਨੂੰ ਜਿਹੜੇ ਆਪਣਾ ਫਤਿਹਗੜ੍ਹ ਚੂੜੀਆਂ ਨੇ ਅਤੇ ਅਸ਼ੋਕ ਜਿਹੜੇ ਗੁਰਦਾਸਪੁਰ ਅਸਿਸਟੈਂਟ EOV ਨੇ ਪਲੱਸ ਸੁਡੈਂਟ ਨੇ ਅਤੇ ਇੱਕ ਜਿਹੜਾ ਦੀਪਕ ਕੁਮਾਰ ਹੈ ਜਿਹਦੀ ਗੱਡੀ ਆਲਰੇਡੀ ਕਿਸ਼ਤਾਂ ਦੀ ਜਿਹੜੀ ਇਹਨਾਂ ਨੇ ਨਰੇਸ਼ ਮਹਾਜਨ ਦੇ ਕੀਤੀ ਸੀ, ਇਹ ਚਾਰ ਬੰਦਿਆਂ ਦਾ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਪੁਲਿਸ ਨਾਲ ਲੈ ਗਈ ਹੈ। ਇਹ ਮੈਨੂੰ ਨਹੀਂ ਕਨਫਰਮ ਕਿ ਉਹ ਪਰਚੇ ਦੇ ਤਹਿਤ ਖੜੇ ਆ ਕਿ ਜਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਤਹਿਤ ਖੜੇ। ਕੀ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ? ਮੇਰੇ ਵੱਲੋਂ ਜੀ ਕੰਪਲੇਂਟ ਇਹ ਸੀ ਜੀ ਵੀ ਇੱਥੇ ਇਹਨਾਂ ਨੇ ਕੋਈ ਕਾਨੂੰਨ ਦੀਆਂ ਤਾਂ ਗਲੀਆਂ ਡਾਈਆਂ ਸੀ ਜੀ, ਜਿਹਦੇ 'ਚ ਸਾਡੇ ਇੱਕ ਸਿਸਟਮ ਹੈ ਕਮੇਟੀ ਦੇ ਅੰਦਰ 35 ਲਾ ਕੇ ਕੋਈ ਵੀ ਕੰਮ ਅਸੀਂ 2 ਮਹੀਨੇ 4 ਮਹੀਨੇ 6 ਮਹੀਨੇ ਤੱਕ ਕਰ ਸਕਦੇ ਹਾਂ, ਜਿਹੜਾ ਕਿ ਬਟਾਲੇ ਦੀ ਰੋਜ਼ ਦਾ 1,10,000 ਰੁਪਏ ਦਾ ਕੰਮ ਸੀ ਜਿਹੜਾ ਕਿ 16 ਮਹੀਨੇ ਕੰਟੀਨਿਊਸ ਚੱਲਿਆ, ਜਿਹਨੂੰ ਅਸੀਂ ਕੂੜੇ ਦੀ ਸਫਾਈ ਅਤੇ ਜਿਹੜਾ ਚੁਕਾਈ ਦਾ ਕੰਮ ਸੀ। ਸੈਕਿੰਡ, ਬਟਾਲੇ ਦੇ ਅੰਦਰ ਇੱਥੇ ਸਕਰੈਪ ਸੀ ਉਹਦੀ ਕਪਲੇਬਾਜ਼ੀ ਹੋਈ, ਇੱਥੇ ਟਰੈਕਟਰ ਸੀ ਉਹਦੀ ਕਪਲੇਬਾਜ਼ੀ ਹੋਈ, ਉਸ ਤੋਂ ਬਾਅਦ ਇੱਥੇ ਇੰਪਲਾਈਜ਼ ਰੱਖੇ ਗਏ ਨੇ ਇੱਕੋ ਹੀ ਕਮਰੇ 'ਚ ਵੜ ਕੇ, ਜੋ ਵੀ ਧੰਦਲੀਆਂ ਡਾ ਦਿੱਤੀਆਂ ਸੀ ਕਾਨੂੰਨ ਵੀ ਕੋਈ ਹੈ ਵਾ, ਡਾਇਰੈਕਟਰ ਦੀ ਲੋੜ ਪੈਂਦੀ ਉਸ ਬੋਰਡ ਦੀ ਮੀਟਿੰਗ 'ਚ ਕੋਈ ਡਾਇਰੈਕਟਰ ਦਾ ਬੰਦਾ ਆਵੇ ਕੋਈ ਨਾ ਕੁਝ ਹੋਵੇ, ਇੱਥੇ ਓਨਲੀ ਨਰੇਸ਼ ਮਹਾਜਨ ਅਤੇ 1-2 ਬੰਦੇ ਰਲ ਕੇ ਜੋ ਵੀ ਧੰਦਲੀਆਂ ਡਾ ਸਕਦੇ ਸੀ, ਕੋਈ ਕਿਸੇ ਗੱਲ ਦਾ ਅੰਤ ਨਹੀਂ ਰਹਿ ਗਿਆ। ਬਟਾਲੇ ਦੇ ਅੰਦਰ ਅਸੀਂ ਫਾਈਨਾਂਸ ਕਰਾ ਕੇ ਟਰੈਕਟਰ ਅੰਦਰ ਲਾਏ ਹੋਣ ਅਤੇ ਅਸੀਂ ਤੁਹਾਨੂੰ ਠੇਕੇ ਦੇ ਕੰਮ ਦੇ ਦਈਏ, ਉਹ ਟਰੈਕਟਰ ਕਾਹਦੇ ਲਈ ਖਰੀਦੇ ਸੀ? ਸਟਰੀਟ ਲਾਈਟਾਂ ਲੱਗੀਆਂ ਨੇ, ਤੁਸੀਂ ਟੈਂਡਰ ਲਾ ਦਿੱਤੇ, ਉਹ ਕਾਹਦੇ ਲਈ ਲਾਏ ਸੀ? ਆਹ ਤੁਹਾਡੀ ਬੱਸ ਸਟੈਂਡ ਦੀ ਮੈਂ ਦੁਬਾਰਾ ਕਹਿਣ ਲੱਗਾ, ਡਿਪਟੀ ਡਾਇਰੈਕਟਰ ਨੂੰ ਮੈਂ 6 ਪੁਆਇੰਟ ਲਿਖੇ ਸੀ ਜਿਹਨਾਂ 'ਚ ਉਹਨਾਂ 5 ਵਾਇਲੇਟ ਕੀਤੇ ਸੀ, 1 ਨਹੀਂ ਸੀ ਕੀਤਾ। ਉਹ ਰੋਬਰਟ ਆਪਣਾ ਮਿਸਟਰ ਅਰੋੜਾ ਜੀ, ਸੋਬਰ ਅਰੋੜਾ ਜੀ ਬਹੁਤ ਵਧੀਆ ਡਿਪਟੀ ਡਾਇਰੈਕਟਰ ਸੀ ਸਾਡੇ ਕੋਲ,
उन्हां नूं भी एक गलती लग गई भी जिहड़ा बस स्टैंड की इनकुआरी वो फारग कर गए सी, जबकि मैं उन्होंने दोबारा डिप्टी डायरैक्टर नूं प्लस डिपार्टमेंट नूं कह रहा कि ये दोबारा इनकुआरी की जाए, क्योंकि जो बस स्टैंड की जिहड़ी कलैक्शन सी डेली महीने की उहदे च ना तो कोई पहला आपां टैक्स वधाया तो ना कोई बाद, मेरी कंप्लेंट तो बाद उसकी कलैक्शन मंथली 1.5 to 2 lakh रुपया वध गई। वो सानू दसन भी जे तो कोई रूट वधे आ, जे अही कोई टैक्स वधाया वो भी कोई नहीं वधाया, रूट भी कोई नहीं वधिया, वो क्यों होया? क्योंकि वह महिला फिर टेंशन सी उहदे च, मेरा ख्याल इतों डिपार्टमेंट का बंदा जिहड़ा इंचार्ज सी उहनू सस्पेंड भी किया गया सी, उन्होंने फिर बहाल किया गया क्योंकि वह क्रिटिकल के प्रेशर थले बहाल भी कर दिता होगा। उस चीज़ की एक मैं अजे इनफॉर्मेशन नहीं मिली जी, मैं डिपार्टमेंट टैलीफोन किया, उन्होंने मैं टैलीफोन तो बाद फिर तुम दोबारा दस दिया जी, उन्होंने प्रॉपर नहीं दसिया। मेरी कंप्लेन नरेश महाजन एक्स प्रेजिडेंट के खिलाफ आ, ना कि किसी स्टाफ के। अगर जो मोढ़ी होंगे वा मोढ़ी आना जरूरी है जी, वो हूँ डिपार्टमेंट तो वेखा उन्होंने की किया वा, मैं अजे प्रॉपर पूरा नहीं पता लग सकिया, वो मैं हूँ कल जाके वेरीफिकेशन करा। गड्डी का मामला है भाजी भी, नरेश महाजन ने किसी बेनामी बंदे दे नाम पर गड्डी लैके 32,000 रुपया महीना बटाला की कमेटी को चूना लाया सी, जिहड़ी कि वो गड्डी अज भी बटाले दे विच नरेश महाजन दे कोल है। नंबर दो, उहदी जिहड़ी बच्चे दे सहुरिआं दे वल्लों गड्डी आई उहदा भी नंबर सेम है, जिहड़ी गड्डी साडी कमेटी तों जिहड़ी कहिंदे हायर कीती गई सी उहदा भी नंबर सेम है। तो मैं अज एक गल फिर इनकुआरी डिप्टना इंजीनियरस नूं कहांगा, अगर वो सेम है उन्हें उदों भी किराए ते लई सी, ते मैनूं जदों तों इत्थों प्रधान हट गया जदों दी गड्डी उहदी कैंसल कीती उह सानूं दसे स्टेटमेंट दे कि मैं 32,000 रुपया उस पार्टी नूं किराया देना वा। ये महिला फिर टेंशन सी उन्हां ये कंप्लेंट दे विच गड्डी दा पॉइंट सी जी। इंडिया क्राइम न्यूज़, जुल्म के